بسم الله الرحمن الرحیم. السلام علیکم ویورز، کی حال ہے؟ امید ہے کہ تسی خیریت نہ ہوگا، کہ اللہ تعالی زندگی تندرستی دے. میں بالکل نہیں ٹھیک تے اپنی وجہ دسن دی بنا ٹھیک ہون دی. اس تو پہلے میرے چینل لائک کر دو، سبسکرائب کر دو، پہلا کرنا بڑے بڑا بھی شیئر لازمی کرو تے آل ورلڈ دے نو تسی شیئر کرو میرے اج والی ویڈیو نو کہ کڈا ظلم ساڈے تے ہون رہیا عوام دے اتے. ਅਤੇ ਇਹ ਤੁਸੀਂ ਲਾਜ਼ਮੀ ਮੇਰੇ ਜਿਹੜੇ ਨਾ ਵੀਡੀਓ ਨੂੰ ਸ਼ੇਅਰ ਕਰਨਾ, ਵੇਖਣਾ ਵੀ ਸਾਰਾ ਹੈ ਕਿ ਕਿਹੜੀ ਕਿਹੜੇ ਗਰੀਬਾਂ ਨਾਲ ਜਿਆਸਤੀ ਹੋਣ ਡਈ ਹੈ. ਤਾਂ ਮੈਂ ਅੱਗੇ ਵੀ ਇੱਕ ਦੋ ਵੀਡੀਓ ਵਿੱਚ ਆਪਣੇ 'ਚ ਦੱਸਿਆ ਕਿ ਮੇਰਾ ਬੇਟਾ ਬਿਲਕੁਲ ਛੋਟਾ ਸੀ ਜਦੋਂ ਮੇਰੇ ਮੀਆਂ ਦਾ ਇੰਤਕਾਲ ਹੋ ਗਿਆ ਸੀ. ਅਤੇ ਮੈਨੂੰ ਪਤਾ ਕਿ ਮੈਂ ਕਿਸ ਤਰ੍ਹਾਂ ਵਕਤ ਪਾਸ ਕਰ ਰਹੀ ਹਾਂ. ਭੈਣ ਭਰਾ ਸਾਰੇ ਸਾਹਿਬੇ ਹੈਸੀਅਤ ਨੇ, ਮਗਰ ਅੱਲਾਹ ਦੇ ਅੱਲਾਹ ਤੋਂ ਰਸੂਲ ਤੋਂ ਇਲਾਵਾ ਹੋਣਾ ਵੀ ਉਹਨਾਂ ਦੀ ਆਸਰਾ ਚਾਹੀਦਾ. ਮਗਰ ਇੱਕ ਦੁਨੀਆਦਾਰੀ ਦੇ ਤੌਰ 'ਤੇ ਗੱਲ ਕਰਨ ਲੱਗੀ ਹਾਂ ਕਿ ਮੈਨੂੰ ਕਿਸੇ ਭੈਣ ਭਰਾ ਦਾ ਕਿਸੇ ਦਾ ਕੋਈ ਆਸਰਾ ਨਹੀਂ ਹੈ ਕਿ ਜਿਹੜਾ ਮੇਰੇ ਸਿਰ 'ਤੇ ਹੱਥ ਆ ਕੇ ਰੱਖੇ ਕਿ ਬੇਵਾ ਔਰਤ ਆਪਣੇ ਬੱਚਿਆਂ ਨੂੰ ਪੜ੍ਹਾ ਰਹੀ ਹੈ, ਜਿਸ ਤਰ੍ਹਾਂ ਵੀ ਵਕਤ ਗੁਜ਼ਾਰਨ ਡਈ ਹੈ. ਅਤੇ ਉਸ ਤੋਂ ਉੱਤੇ ਜਿਹੜਾ ਰਿਸ਼ਤੇਦਾਰਾਂ ਦੇ ਜ਼ੁਲਮ ਨੇ ਉਹ ਇੱਕ ਪਾਸੇ ਰਹਿ ਗਏ, ਹਕੂਮਤ ਵਾਲਿਆਂ ਉਸ ਤੋਂ ਬਹੁਤਾ ਕਰ ਛੱਡਿਆ ਵੇ ਹੈਂ. ਅਤੇ ਮੈਂ 7,000 ਤੁਹਾਨੂੰ ਪਤਾ ਵੀ ਕਿਰਾਇਆ ਦੇਣੀ ਆ, ਅੱਗੋਂ ਫਿਰ ਹੁਣ ਸਾਲ ਚੜ੍ਹਨਾ ਅਤੇ ਮਾਲਕ ਮਕਾਨ ਨੇ ਕਿਰਾਇਆ ਵਧਾ ਦੇਣਾ. ਇਹ ਵੇਖੋ ਮੈਂ ਤੁਹਾਨੂੰ ਬਿੱਲ ਵਹਾਂਗੀ, ਲਿਆ ਦਰਮਦਾ ਇਹ ਵੇਖੋ ਕਿੰਨਾ ਮੈਨੂੰ ਬਿੱਲ ਆਇਆ. ਪਤਾ ਨਹੀਂ ਕਿਹੜੇ ਕਿਹੜੇ, ਮੈਂ ਹੁਣ ਕੀ ਕਵਾਂ ਹਕੂਮਤ ਨੂੰ, ਕਿਹੜੇ ਕਿਹੜੇ ਟੈਕਸ ਲਾ ਕੇ ਇਹਨਾਂ ਨੇ ਬਗੈਰਤਾ ਨੇ ਸਾਨੂੰ ਆਹ ਬਿੱਲ ਮੈਨੂੰ ਇੱਕ ਲਿਆ ਠੋਕ ਦਿੱਤਾ ਮੈਨੂੰ ਬਿੱਲ. ਉੱਤੋਂ ਡੇਟ ਵੀ ਇੰਨੀ ਕੋਈ ਨਹੀਂ ਦਿੱਤੀ ਕਿ ਜਿਹੜਾ ਮੈਂ ਇਹਦੇ ਕੋਈ ਪੈਸਿਆਂ ਦਾ ਇੰਤਜ਼ਾਮ ਕਰ ਲਾਂ ਤਾਂ ਕੋਈ ਮੇਰਾ ਜ਼ਰੀਆ ਵੀ. ਪਹਿਲੇ ਮੈਂ ਸਿਲਾਈ ਵਗੈਰਾ ਦਾ ਕੰਮ ਕਰਦੀ ਸਾਂ, ਜੋ ਕੋਲ ਕੋਈ ਚੀਜ਼ਾਂ ਹੈ ਸੀ ਉਹ ਵੇਚ ਵੂਚ ਕੇ ਉਹ ਵੀ ਮੈਂ ਘਰ ਲਾ ਲਈਆਂ ਨੇ. ਕਿਤੇ ਕੰਮ ਕਰਦੀ ਸਾਂ ਫੈਕਟਰੀ 'ਚ, ਮੇਰੀਆਂ ਸ਼ਾਇਦ ਤੁਸੀਂ ਪਿਛਲਿਆਂ ਵਲੋਗਾਂ 'ਚ ਵੇਖਿਆ ਹੋਵੇ, ਉਹਨਾਂ ਵੀ ਮੈਨੂੰ ਕੱਢ ਦਿੱਤਾ ਵੇ. ਉਹ ਹੈ ਵੀ ਰਿਸ਼ਤੇਦਾਰ ਹੀ ਸਨ, ਕੋਈ ਬਗਾਨੇ ਵੀ ਨਹੀਂ ਸਨ. ਉਹਨਾਂ ਨੂੰ ਅਹਿਸਾਸ ਨਹੀਂ ਆਇਆ ਕਿ ਇਹ ਆਪਣੇ ਪੁੱਤਰ ਦੀ ਪਰਵਰਿਸ਼ ਕਿੰਝ ਕਰੇਗੀ ਜਾਂ ਆਪਣਾ ਵਕਤ ਕਿੰਝ ਗੁਜ਼ਾਰੇਗੀ. ਕੋਈ ਵੀ ਨਹੀਂ ਹੈ ਅੱਲਾਹ ਦੇ ਅੱਲਾਹ ਦੇ ਰਸੂਲ ਤੋਂ ਇਲਾਵਾ ਕੋਈ ਵੀ ਨਹੀਂ ਆਇਆ. ਹੋਣਾ ਵੀ ਉਹਨਾਂ ਦਾ ਹੀ ਆਸਰਾ ਚਾਹੀਦਾ, ਮਗਰ ਹੁਣ ਮੈਨੂੰ ਦੱਸੋ ਮੈਂ ਕੀ ਕਰਾਂ. ਮੈਂ ਇਹਨਾਂ ਖਰਚਿਆਂ ਦੇ ਹੱਥੋਂ ਤੰਗ ਆ ਕੇ ਆਪਣੇ ਪੁੱਤਰ ਨੂੰ ਸਕੂਲੋਂ ਹਟਾ ਲਿਆ ਕਿ ਉਹਨੂੰ ਕਿਸੇ ਕੰਮ 'ਤੇ ਪਾਵਾਂਗੀ. ਹੈਂ ਹੁਣ 7,000 ਜਿਹਨੇ ਮਕਾਨ ਦਾ ਕਿਰਾਇਆ ਦੇਣਾ, 13,000 ਤੋਂ ਬਿੱਲ ਆ ਗਿਆ, ਮੈਂ ਕਿੱਥੋਂ ਕਰਾਂ? ਅਸੀਂ ਕੋਈ ਚੀਜ਼ ਨਹੀਂ ਚਲਾਉਂਦੇ. ਇਹ ਵੇਖੋ, ਇਹ ਤੁਸੀਂ ਅਕਸਰ ਮੇਰੀਆਂ ਵੀਡੀਓ 'ਚ ਵਹਿੰਦੇ ਹੋ ਕਿ ਮੈਂ ਇੱਥੇ ਬਰਾਂਡੇ 'ਚ ਹੀ ਬੈਠੀ ਹੁੰਦੀ ਹਾਂ. ਇਹ ਇੱਕੋ ਹੀ ਪੱਖਾ ਚੱਲਦਾ ਹੁੰਦਾ ਜਿਹੜਾ ਅਸੀਂ ਮਾਂ ਪੁੱਤਰ ਇੱਥੇ ਬਰਾਂਡੇ 'ਚ ਰਹਿੰਦੇ ਹਾਂ. ਫਰਿੱਜ ਉਹ ਅਸੀਂ ਕੋਈ 3 ਜਾਂ 4 ਘੰਟੇ ਚਲਾਉਂਦੇ, ਉਹ ਵੀ ਗਰਮੀ ਦੀ ਵਜ੍ਹਾ ਬਰਫ਼ ਨਾ ਲਿਆਉਣੀ ਪਵੇ ਅਤੇ ਇਸ ਵਜ੍ਹਾ ਤੋਂ ਕਿ ਠੰਡਾ ਪਾਣੀ ਚਲੋ ਅਸੀਂ ਪੀ ਲਈਏ ਜਾਂ ਕੋਈ ਸਾਲਣ ਵਗੈਰਾ ਜੋ ਬਚ ਜਾਵੇ ਕੋਈ ਖਾਣ ਵਾਲੀ ਸ਼ਾਇਦ ਤਾਂ ਉਹ ਰੱਖ ਲਈ ਦੀ ਹੈ. ਠੀਕ ਹੈ, ਉਹ ਸਾਨੂੰ ਬੜੇ ਹੀ ਅੱਕ ਚੋਏ ਨੇ ਹਕੂਮਤ ਨੇ. ਜਿਹੜਾ ਜਾਂਦਾ ਉਹ ਕਹਿੰਦਾ ਮੈਂ ਚੰਗਾ ਸਾਂ, ਅਤੇ ਜਿਹੜਾ ਆਉਂਦਾ ਵੇ ਉਹ ਸਭ ਤੋਂ ਵੱਡਾ ਲਟੇਰਾ ਬਣ ਜਾਂਦਾ. ਆਹ ਤੁਹਾਨੂੰ ਵਹਾਨੀ, ਮੇਰੀ ਫਰਿੱਜ ਵੀ ਬੰਦ ਪਈ. ਆਹ ਸਿਰਫ ਤੁਹਾਨੂੰ ਵਹਾਉਣ ਵਾਸਤੇ, ਵੇਖੋ ਫਰਿੱਜ ਬੰਦ ਪਈ ਹੈ. ਇਹ ਤੁਹਾਨੂੰ ਵਹਾਉਣ ਵਾਸਤੇ ਮੈਂ ਆਹ ਬੱਤੀ ਬਾਲੀ ਨਾ. ਅਸੀਂ ਰਾਤ ਨੂੰ ਵੀ ਸਾਰੀਆਂ ਲਾਈਟਾਂ ਲੂਟਾਂ ਬੰਦ ਕਰਕੇ ਸੋਈਦਾ. ਟੀ ਵੀ ਇਹ ਵੀ ਵੇਖ ਲਓ ਮਿੱਟੀ ਉੱਤੇ ਜੰਮੀ, ਇਹਨੂੰ ਵੀ ਕਾਫੀ ਅਰਸਾ ਹੋ ਗਿਆ ਚਲਾਇਆ ਹੀ ਨਹੀਂ ਹੈ. ਅਤੇ ਦੱਸੋ ਕਾਹਦਾ ਬਿੱਲ ਨਾ ਘੱਲਿਆ? ਇੱਥੇ ਸਾਡੇ ਘਰ ਦੇ ਲਾਗੇ ਇੱਕ ਮਸਜਿਦ ਹੈ, ਉਹਦਾ ਬਿੱਲ ਆਇਆ ਇੰਨਾ ਜ਼ਿਆਦਾ. ਮਸਜਿਦ ਨੂੰ ਬਿੱਲ ਘੱਲਦਾ ਅਤੇ ਉਹਦੇ ਵਿੱਚ ਬਿਜਲੀ ਦਾ, ਉਹਦਾ ਸੋਰੀ ਟੀ ਵੀ ਦਾ ਅਤੇ ਹੋਰ ਪਤਾ ਨਹੀਂ ਕਾਹਦਾ ਕਾਹਦਾ ਉਹਦੇ ਵਿੱਚ ਟੈਕਸ ਪਾਇਆ. ਦੱਸੋ ਮਸਜਿਦ 'ਚ ਕਿਹੜਾ ਟੀ ਵੀ ਚੱਲਦਾ? ਲੈ ਲੱਥੇ ਨੇ ਸਾਨੂੰ ਹਕੂਮਤ ਵਾਲੇ. ਇਹ ਵੇਖ ਲਓ ਹੁਣ ਇਹ ਕੰਮ ਹੀ ਕਰਦਾ ਵੇ, ਤਾਂ ਘਰ ਬਹਿ ਕੇ ਥੋੜ੍ਹਾ ਬਹੁਤਾ ਸਬਕ ਯਾਦ ਕਰਦਾ. ਚੱਲ 10ਵੀਂ ਦੇ ਪੇਪਰ ਦਿੱਤੇ ਹਨ, 10ਵੀਂ ਕਲੀਅਰ ਹੋ ਜਾਵੇ. ਐਂ ਦੱਸੋ ਇੱਕ ਬੇਸਹਾਰਾ ਬੇਵਾ ਔਰਤ ਜਿਹੜੀ ਹੈ. ਹੁਣ ਮੈਂ ਤੁਹਾਨੂੰ ਦਿਖਾਉਂਦੀ ਹਾਂ ਬਾਹਰ ਜਾ ਕੇ ਆਪਣਾ ਮੀਟਰ, ਅਤੇ ਮੀਟਰ ਮੇਰੇ 'ਤੇ ਯੂਨਿਟ ਕਾਫੀ ਚੱਲੇ. ਜਾਂ ਤਾਂ ਕਿਸੇ ਨੇ ਮੇਰੀ ਬਿਜਲੀ ਚੋਰੀ ਕੀਤੀ ਹੈ, ਅਤੇ ਹੁਣ ਮੈਂ ਕਿਸੇ ਨੂੰ ਬਿਜਲੀ ਵਾਲਿਆਂ ਨੂੰ ਬੁਲਾ ਕੇ ਅਤੇ ਫਿਰ ਦਿਖਾਉਂਦੀ ਹਾਂ ਕਿ ਕੀ ਮਸਲਾ ਵੇ, ਕਿ ਇੰਨੇ ਜ਼ਿਆਦਾ ਬਿੱਲ ਮੈਨੂੰ ਕਿਵੇਂ ਆ ਗਿਆ. ਕਦੀ ਜ਼ਿੰਦਗੀ 'ਚ ਇੰਨਾ ਬਿੱਲ ਨਹੀਂ ਆਇਆ. ਮੈਂ ਤੁਹਾਨੂੰ ਦਿਖਾਉਂਦੀ ਹਾਂ ਮੀਟਰ. ਇਹ ਮੇਰਾ ਮੀਟਰ, ਮਾਲ ਮਕਾਨ ਮੈਂ ਬੁਲਾਇਆ ਸੀ, ਉਹ ਆ ਕੇ ਅਤੇ ਵੇਖ ਕੇ ਚਲੇ ਗਿਆ. ਕਹਿੰਦਾ ਸੁਬਹਾ
ਮੈਂ ਕਿਸੇ ਨੂੰ ਬੁਲਾ ਕੇ ਤੇ ਮੀਟਰ ਦੀ ਜਗ੍ਹਾ ਚੇਂਜ ਕਰਾ ਦਾਂਗਾ, ਮੀਟਰ ਚੈੱਕ ਕਰਾਵਾਂਗਾ, ਵੇਖੋ ਕੀ ਕਰਦਾ ਕੀ ਨਹੀਂ ਕਰਦਾ। ਇਹ ਪਾਤਸ਼ਾਹ ਜਿਹੜਾ ਮੀਟਰ ਦੇ ਉੱਤੇ ਆਉਂਦਾ, ਜੇ ਬਾਰਿਸ਼ ਹੁੰਦੀ ਮੀਟਰ 'ਤੇ ਪਾਣੀ ਪੈਂਦਾ ਰਹਿੰਦਾ, ਮੀਟਰ ਬਹੁਤ ਪਰੇਸ਼ਾਨ ਆ, ਬਹੁਤ ਟੈਨਸ਼ਨ ਦੇ ਵਿੱਚ ਆ ਕਿ ਮੈਂ ਕੀ ਕਰਾਂ। ਇੰਨੀ ਕੁ ਤਬੀਅਤ ਮੇਰੀ ਖਰਾਬ ਹੋ ਗਈ ਹੈ ਪਰ ਮੈਂ ਦੱਸ ਨਹੀਂ ਸਕਦੀ। ਇਹ ਦੇਖੋ ਇਹ ਹੁਣ ਪਤਾ ਨਹੀਂ ਕਿਹਦਾ ਬੇੜਾ ਕਰਕੇ ਆਈ, ਕਿਹਨੇ ਮੇਰੀ ਬਿਜਲੀ ਚੋਰੀ ਕੀਤੀ ਹੈ, ਜਾਂ ਹਕੂਮਤ ਵਾਲਿਆਂ ਨੇ ਕੋਈ ਕੰਮ ਪਾ ਦਿੱਤਾ ਵੇ ਬਿਜਲੀ ਵਾਲਿਆਂ ਨੇ, ਅਤੇ ਜਾਂ ਮੇਰੇ ਮੁਹੱਲੇ ਵਾਲਿਆਂ ਨੇ ਕੋਈ ਕੰਮ ਪਾ ਦਿੱਤਾ। ਜਿਹਨੇ ਵੀ ਕੀਤਾ ਅੱਲਾਹ ਕਰੇ ਉਹ ਤਾਂ ਖਾਨਾ ਹੀ ਖਰਾਬ ਹੋਵੇ, ਬਿਜਲੀ ਨਾਲ ਲੱਗ ਕੇ ਹੀ ਮਰੇ। ਜਿਹਨੇ ਮੇਰੇ 'ਤੇ ਐਡਾ ਜ਼ੁਲਮ ਕੀਤਾ, ਜਾਂ ਮੁਹੱਲੇ 'ਚੋਂ ਕਿਸੇ ਨੇ ਚੋਰੀ ਕੀਤੀ, ਅਤੇ ਜਾਂ ਬਿਜਲੀ ਵਾਲਿਆਂ ਦਾ ਖਾਨਾ ਖਰਾਬ ਹੋਇਆ। ਹੁਣ ਦੱਸੋ ਮੈਂ ਕਿੱਥੋਂ 13,064 ਰੁਪਏ ਲੈ ਕੇ ਆਵਾਂ? 1 ਰੁਪਏ ਦੀ ਆਮਦਨੀ ਨਹੀਂ ਹੈ। 7,000 ਮਕਾਨ ਦਾ ਕਿਰਾਇਆ ਅਤੇ 13,000 ਹੈ, ਅਤੇ ਮੈਂ 20,000 ਦਾ ਜਿਹੜਾ ਮੇਰਾ ਨੁਸਖਾ ਹੈ, ਮੈਂ ਕੀ ਕਰਾਂ? ਮੈਨੂੰ ਦੱਸੋ ਜ਼ਰਾ, ਮੇਰੇ ਲਈ ਦੁਆ ਕਰੋ ਕਿ ਅੱਲਾਹ ਤਾਲਾ ਮੇਰੇ ਲਈ ਆਸਾਨੀਆਂ ਪੈਦਾ ਕਰ ਦੇਵੇ। ਆਹ ਜਿਹੜੇ ਨਾ ਹੁਣ ਇੱਕ ਮਿੰਟ ਇੱਧਰ ਆ, ਆਹ ਜਿਹੜੇ ਮਿੰਟ ਹੁਣ ਇਹਨਾਂ ਦੇ ਵੇਲੇ ਆਹ ਇੱਥੋਂ ਢੱਕੇ ਹੋਏ ਨੇ ਨਾ, ਇਹ ਵਾਲੇ ਇਹ ਮੈਂ ਆਪਣੇ ਭਾਣਜੇ ਨੂੰ ਬੁਲਾਇਆ, ਮੈਂ ਉਹਨਾਂ ਨੂੰ ਦਿਖਾ ਰਹੀ ਹਾਂ ਕਿ ਜੋ ਸੂਰਤ ਹੋਏਗੀ ਮੈਂ ਤੁਹਾਨੂੰ ਫਿਰ ਦੱਸਾਂਗੀ, ਤੁਹਾਨੂੰ ਅਗਲੇ ਤੋਂ ਹੋਰ ਬਲੋਗ ਦੱਸਣਾ ਪਵੇਗਾ। ਇਹ ਆਹ ਲਾ ਦਾ ਜਾਂ ਤਾਂ ਮਾਲ ਮਕਾਨ ਆਇਆ ਸੀ, ਕਿਉਂਕਿ ਨਾਲ ਲੱਗਾ ਸੀ ਇਸ ਤਰ੍ਹਾਂ, ਇਹ ਹੁਣ ਤਾਂ ਉੱਠਿਆ ਹੋਇਆ। ਇਹ ਤਾਰਾਂ ਨਾਲ ਜੁੜੀਆਂ ਗਰਮ ਹੋ ਕੇ ਲੱਗਾ ਹੋਇਆ, ਇੱਥੋਂ ਕਹਿਣ ਡਿਆ ਸੀ ਇਹ ਆ ਜਿਹੜੇ ਨਾ, ਕਹਿੰਦਾ ਇਹਦੇ ਵਿੱਚ ਤਾਰਾਂ ਲੱਗ ਸਕਦੀਆਂ ਨੇ। ਅਗਰ ਮੇਰੇ ਕੋਲ ਕੁਛ ਹੋਵੇ ਤੇ ਮੈਂ ਕੱਪੜੇ ਨਾ ਲਵਾਂ, ਕੋਈ ਆਪਣਾ ਘਰ ਬੂਹਾ ਨਾ ਬਣਾ ਲਵਾਂ। ਇਹ ਕੀ ਚਾਹੁੰਦੇ ਨੇ, ਨਾ ਤਾਂ ਰਿਸ਼ਤੇਦਾਰ ਕੋਈ ਸੁੱਖ ਦਾ ਸਾਹ ਲੈਣ ਦਿੰਦੇ ਨੇ, ਨਾ ਇਹ ਹਕੂਮਤ ਵਾਲੇ ਲੈਣ ਦਿੰਦੇ ਨੇ। ਹੁਣ ਮੈਨੂੰ ਦੱਸੋ ਇਹ ਮੈਂ ਇੰਨਾ ਬਿੱਲ ਕਿੱਥੋਂ ਦਾਂ? ਅਗਰ ਇਹ ਬਿੱਲ ਜਮ੍ਹਾਂ ਨਾ ਕਰਾਇਆ ਜਾਏ ਤਾਂ ਮੀਟਰ ਉਹ ਕੱਟਿਆ ਜਾਣਾ ਹੈ। 24 ਘੰਟਿਆਂ ਦੇ ਵਿੱਚ ਉਹਦੇ ਕੋਈ ਲੈ ਜਾਂਦੇ ਨੇ 18 ਘੰਟੇ ਤਾਂ ਬੱਤੀ ਲੈ ਜਾਂਦੇ ਨੇ, ਅਤੇ ਜਿਹੜੇ ਪਿੱਛੇ ਬੱਤੀ ਰਹਿ ਜਾਂਦੀ ਉਹਦਾ ਸਾਨੂੰ ਬਿੱਲ ਇੰਨਾ ਘੱਲ ਦਿੰਦੇ। 6 ਘੰਟਿਆਂ ਦਾ ਸਾਨੂੰ ਬਿੱਲ ਵੇਖ ਲਓ, ਲੋਡ ਸ਼ੇਡਿੰਗ ਇੰਤਹਾ ਤੋਂ ਜ਼ਿਆਦਾ। ਅਤੇ ਜੇ ਉਹ 6 ਘੰਟੇ ਬੱਤੀ ਆਉਣੀ ਤਾਂ ਅਸੀਂ ਨਹੀਂ ਪੱਖਾ ਚਲਾਉਣਾ ਤਾਂ ਅਸੀਂ ਕੀ ਕਰਨਾ? ਉਦੋਂ ਹੀ ਆ ਕੇ ਫਰਿੱਜ ਚੱਲਦੀ ਹੈ, ਅਤੇ ਉਹ ਵੇਖ ਲਓ ਸਾਨੂੰ ਸਜ਼ਾ ਮਿਲੀ ਹੈ। ਇਹ ਖਾਨਾ ਖਰਾਬ ਹੋਵੇ, ਹਕੂਮਤ ਵਾਲਿਆਂ ਦਾ ਮਰ ਜਾਣ ਬੱਚੇ ਜਿਹੜੇ ਵੀ ਆਉਂਦੇ ਨੇ, ਵੱਡੇ ਤੋਂ ਵੱਡੇ ਚੋਰ ਅਤੇ ਡਕੇਟ ਆਉਂਦੇ ਨੇ, ਜਿਹੜਾ ਗਰੀਬਾਂ ਦਾ ਬੇੜਾ ਗਰਕ ਕਰ ਜਾਂਦੇ ਨੇ, ਗਰੀਬਾਂ ਮਜਬੂਰ ਕਰਦੇ ਨੇ ਕਿ ਮਰ ਜਾਣ, ਖੁਦਕੁਸ਼ੀਆਂ ਕਰ ਲੈਣ, ਹੈਂ ਕਿ ਜੀਣ ਨਹੀਂ ਦਿੰਦੇ। ਅੱਲਾਹ ਕਰੇ ਇਹਨਾਂ ਹਕੂਮਤ ਵਾਲਿਆਂ ਦਾ ਬੇੜਾ ਗਰਕ ਜਾਵੇ, ਜਿਹੜਾ ਗਰੀਬਾਂ ਦਾ ਕੋਈ ਸੋਚਦੇ ਨਹੀਂ, ਕੋਈ ਸਮਝਦੇ ਨਹੀਂ ਇਹਨਾਂ ਦੀਆਂ ਮਜਬੂਰੀਆਂ ਨੂੰ, ਇੱਕ ਇੰਜ ਗੁਜ਼ਾਰਾ ਕਰਨਾ, ਆਪਦੇ ਕੋਠੀਆਂ ਬੰਗਲਿਆਂ ਗੱਡੀਆਂ 'ਚ ਰਹਿੰਦੇ ਨੇ, ਚੰਗਾ ਖਾਂਦੇ ਅਤੇ ਚੰਗਾ ਪਾਉਂਦੇ ਨੇ, ਭੈਣ ਚੋਦਾਂ ਨੂੰ ਸਾਡੇ ਵਰਗਿਆਂ ਦਾ ਕੋਈ ਅਹਿਸਾਸ ਹੀ ਕੋਈ ਨਹੀਂ ਹੈ। ਇਹਦੇ ਨਾਲ ਹੀ ਤੁਸੀਂ ਆਪਾਂ ਬਾਨੂੰ ਦਵੋ ਇਜਾਜ਼ਤ, ਦੁਆ ਕਰੋ ਅੱਲਾਹ ਮੇਰੇ ਲਈ ਆਸਾਨੀਆਂ ਪੈਦਾ ਕਰੇ। ਆਮੀਨ। ਅੱਲਾਹ ਹਾਫਿਜ਼।